ਖੋਲੇ ਮਹਾਲੇਚੇ ਕਤਲ ਹੋਏ ਨਹਿنگ ਸਿੰਘ ਪ੍ਰਦੀਪ ਸਿੰਘ ਦੇ ਪਰਿਵਾਰ ਦੇ ਵੱਲੋਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਪ੍ਰਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਪਹਿਲਾ ਹਮਲਾ ਪ੍ਰਦੀਪ ਦੇ ਵੱਲੋਂ ਨਹੀਂ ਕੀਤਾ ਗਿਆ ਘਟਨਾ ਦੀ ਵੀਡੀਓ ਦੇ ਹਵਾਲੇ ਨਾਲ ਦਾਵਾ ਕੀਤਾ ਕਿ ਹੁੱਲੜਵਾਜ਼ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਹਥਿਆਰਾਂ ਨਾਲ ਪ੍ਰਦੀਪ ਸਿੰਘ ਦਾ ਕਤਲ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਗੱਲ 'ਚ ਦਮ ਨਹੀਂ ਕਿ ਪ੍ਰਦੀਪ ਸਿੰਘ ਦੀ ਕਰਪਾਣ ਖੋ ਕੇ ਹੀ ਕਤਲ ਕੀਤਾ ਗਿਆ ਤੇ ਹਮਲੇ ਦੇ ਵੇਲੇ ਪ੍ਰਦੀਪ ਸਿੰਘ ਇਕੱਲਾ ਸੀ ਉਹਨਾਂ ਪ੍ਰਦੀਪ ਦੇ ਕਤਲ ਦੇ ਮੋਲਜਮਾਂ ਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਉਹਨਾਂ ਹੁੱਲੜਵਾਜ਼ਾਂ ਤੇ ਨਕੇਲ ਕੱਸਣ ਦੀ ਗੱਲ ਵੀ ਆਖੀ ਹੈ। ਮ੍ਰਿਤਿਕ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਸਾਥੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਪ੍ਰਦੀਪ ਸਿੰਘ ਇਕੱਲਾ ਸੀ। ਉਹਨਾਂ ਜ਼ਖਮੀ ਹੁੱਲੜਵਾਜ਼ આરોપી ਦੀ ਪਤਨੀ ਦੀ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਪਹਿਲਾ ਹਮਲਾ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਸਬੂਤਾਂ ਵਜੋਂ ਇੱਕ ਵਾਇਰਲ ਵੀਡੀਓ ਪੱਤਰਕਾਰਾਂ ਨੂੰ ਵਿਖਾਉਂਦੇ ਆ ਗੁਰਦਰਸ਼ਨ ਸਿੰਘ ਨੇ ਦੱਸਿਆ ਕੇ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁੱਲੜਵਾਜ਼ ਨੌਜਵਾਨ ਆਪਣੇ ਨਾਲ ਹੀ ਹਥਿਆਰ ਲੈ ਕੇ ਆਇਆ ਸਤਿ ਅਤੇ ਉਹਨਾਂ ਹਥਿਆਰਾਂ ਨਾਲ ਹੀ ਉਹਨਾਂ ਨੇ ਪ੍ਰਦੀਪ ਸਿੰਘ ਦੀ ਹੱਤਿਆ ਕੀਤੀ ਇਸ ਗੱਲ ਵਿੱਚ ਵੀ ਕੋਈ ਦਮ ਨਹੀਂ ਹੈ ਕਿ ਪ੍ਰਦੀਪ ਸਿੰਘ ਦੀ ਕਿਰਪਾਨ ਖੋ ਕੇ ਹੀ ਉਸ ਨੂੰ ਮਾਰਿਆ ਗਿਆ ਉਸਨੇ ਦੱਸਿਆ ਕਿ ਵੀਡੀਓ ਤੋਂ ਸਾਫ਼ ਜਾਹਿਰ ਹੈ ਕਿ ਪ੍ਰਦੀਪ ਸਿੰਘ ਨੇ ਆਪਣੀ ਕਿਰਪਾਨ ਨਾਲ ਹਮਲਾਵਰ ਹੁੱਲੜਵਾਜ਼ ਨੌਜਵਾਨਾਂ ਦਾ ਮੁਕਾਬਲਾ ਕੀਤਾ ਅਤੇ ਜਦੋਂ ਉਸਦੀ ਕਿਰਪਾਨ ਟੁੱਟ ਗਈ ਤਾਂ ਉਸਨੇ ਉੱਠ ਕੇ ਹਮਲਾਵਾਰ ਨੌਜਵਾਨ ਵਿੱਚੋਂ ਇੱਕ ਨੂੰ ਜੱਫੀ ਪਾ ਲਈ ਸੀ ਉਸਨੇ ਕਿਹਾ ਕਿ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਕਾਤਲਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹ ਵੀਡੀਓ ਇਦਾਂ ਆ ਇਹ ਵੀ ਗੁਰੂ ਗੋਮੇ ਸਿੰਘ ਮਹਾਰਾਜ ਨੇ ਇਹ ਚੀਜ਼ ਵਰਤਾਈ ਆ ਪਹਿਲਾਂ ਉਹਨਾਂ ਨੂੰ ਝੂਰਾਂ ਦੇ ਮੂੰਹ ਝੂਠ ਬੁਲਾਇਆ ਕਿਉਂਕਿ ਇਸ ਚੀਜ਼ ਤੋਂ ਸਾਨੂੰ ਪਤਾ ਲੱਗਦਾ ਕਿ ਉਸ ਬੀਬੀ ਨੇ ਕਿਹਾ ਕਿ ਪਹਿਲੀ ਗੱਲ ਤਾਂ ਇੱਕ ਕਹੀ ਕਿ ਮੇਰੇ ਆਦਮੀ ਦੇ ਕੋਲ ਕੋਈ ਸ਼ਸਤਰ ਨਹੀਂ ਸੀ ਹਣਾ ਦੂਜੇ ਨੰਬਰ ਤੇ ਉਹ ਜਿਹੜੇ ਕਹਿੰਦੇ ਸੀ ਅਸੀਂ ਪਤਵੰਤੇ ਸੱਜਣ ਬੋਲਦੇ ਆ ਕਿ ਸਾਡੇ ਨਿਆਣਿਆਂ ਦੇ ਕੋਲ ਕੋਈ ਸ਼ਸਤਰ ਨਹੀਂ ਸੀ ਉਹ ਨਿਹੱਥੇ ਜੀ ਕਿ ਉਹ ਨਿਹੰਗ ਨੇ ਸਾਡੇ ਉੱਤੇ ਹਮਲਾ ਕੀਤਾ ਸਾਡੇ ਕੋਲ ਇੱਕ ਵੀਡੀਓ ਆ ਅਸੀਂ ਉਹ ਕਰਾਂਗੇ ਜ਼ਾਹਰ ਤੇ ਅਸੀਂ ਪਹਿਲਾਂ ਵੀ ਉਹ ਵੀਡੀਓ ਦਿਖਾੜ ਚੁੱਕੇ ਆ ਉਸ ਵੀਡੀਓ ਦੇ ਵਿੱਚ ਉਹ ਜਿਹੜਾ ਪੀਜੀਆਈ ਦੇ ਵਿੱਚ ਹਸਪੀਟਲ ਦਾਖਲ ਆ ਉਹ ਬੰਦਾ ਸਾਡੇ ਸਿੰਘ ਦੇ ਉੱਤੇ ਤਲਵਾਰ ਦੇ ਨਾਲ ਲਗਾਤਾਰ ਵਾਰ ਕਰਦਾ ਪਿਆ ਤੇ ਸਾਡਾ ਸਿੰਘ ਡਿਫੈਂਸ ਦੇ ਵਿੱਚ ਵਾਰ ਉਸਦੇ ਰੋਕਦਾ ਪਿਆ ਆ ਤੇ ਉਸ ਸਿੰਘ ਉਸ ਪੀਜੀਆਈ ਵਾਲੇ ਬੰਦੇ ਦੇ ਉੱਤੇ ਵੀ ਵਾਰ ਹੋਇਆ ਤੇ ਜੋ ਜਿਹੜੀ ਜਫੀ ਪੈਂਦੀ ਆ ਉਸ ਤੋਂ ਬਾਅਦ ਵਿੱਚ ਉਦੋਂ ਪੈਂਦੀ ਆ ਜਦ ਸਾਡੇ ਸਿੰਘ ਦੀ ਤਲਵਾਰ 빙ੀ ਹੋ ਜਾਂਦੀ ਆ ਤੇ ਉਹ ਜਦੋਂ ਉਹਨੂੰ ਵਾਰ ਕਰਨ ਦੇ ਕੋਲ ਕੋਈ ਸ਼ਸਤਰ ਨਹੀਂ ਹੁੰਦਾ ਤੇ ਉਦੋਂ ਆ ਕੇ ਜਫੀ ਪਾ ਲਾਂਦਾ ਆ ਸੋ ਇਹ ਵੀਡੀਓ ਅਸੀਂ ਬੇਨਤੀ ਕਰਦੇ ਆ ਚੈਨਲ ਵਾਲਿਆਂ ਨੂੰ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਇਹ ਵੀਡੀਓ ਤੁਸੀਂ ਚਲਾ ਕੇ ਇਸ ਚੀਜ਼ ਕਲੀਅਰ ਕਰ ਸਕਦੇ ਆ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਹਾਂ ਕਿ ਇਸ ਤੋਂ ਬਾਅਦ ਵਿੱਚ ਵੀ ਜਦੋਂ ਇਹ ਜਫੀ ਪੈਂਦੀ ਆ ਤੇ ਉਸ ਤੋਂ ਬਾਅਦ ਵਿੱਚ ਸਾਡੇ ਸਿੰਘ ਦਾ ਉਹ ਧਮਾਲਾ ਲਾ ਦਿੰਦੇ ਆ ਤੇ ਲਗਾਤਾਰ ਜਿੰਨੇ ਵੀ ਹੁੰਦੇ ਆ ਉਹਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਸਾਫ਼ ਕਲੀਅਰ ਹੁੰਦਾ ਕਿ ਉਹਨਾਂ ਦੇ ਕੋਲ ਕਿੰਨੇ ਸ਼ਸਤਰ ਜੀ ਇਹ ਚੀਜ਼ ਦਾ ਮੌਕੇ ਦੇ ਗਵਾਹਾਂ ਦੇ ਕੋਲ ਵੀ ਸਾਨੂੰ ਪਤਾ ਲੱਗਾ ਤੇ ਉਹਨੇ ਵੀ ਪੁਲਿਸ ਨੂੰ ਬਿਆਨ ਦਿੱਤਾ ਸੀ ਤੇ ਹੋਰ ਵੀ ਜਿੰਨਾ ਵੀ ਇਸ ਵੀਡੀਓ ਦਾ ਵੀ ਕਲੀਅਰ ਹੋ ਜਾਂਦਾ ਕਿ ਉਹ ਕੋਈ ਨਿਹੱਥੇ ਨਹੀਂ ਸੀ ਕਿਉਂਕਿ ਸ਼ਸਤਰ ਬਸਤਰ ਰੱਖਣ ਦਾ ਹੁਕਮ ਇਹ ਇੱਕ ਕਿਉਂ ਜੇ ਤੁਸੀਂ ਵਰਦੀ ਨਹੀਂ ਪਾਈ ਫੌਜ ਦੀ ਤੁਸੀਂ ਤੁਹਾਨੂੰ ਸ਼ਸਤਰ ਰੱਖਣ ਦਾ ਹੁਕਮ ਕਿਉਂ ਸੀ ਜਿਹੜੇ ਵੀ ਹੁਣੇ ਬਚਨ ਕਰਦੇ ਆ ਕਿ ਨਿਹੰਗਾ ਸਿੰਘਾਂ ਦੇ ਕੋਲ ਤਲਵਾਰਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਇਦਾਂ ਸਾਨੂੰ ਅਥਾਰਟੀ ਗੁਰਗੋਬੇ ਸਿੰਘ ਮਹਾਰਾਜ ਨੇ ਦਿੱਤੀ ਆ ਸ਼ਸਤਰ ਬਸਤਰ ਰੱਖਣ ਦੀ ਤੇ ਇਹ ਅਥਾਰਟੀ ਦੇ ਕੇ ਉਹਨਾਂ ਨੇ ਸਟੈਂਪ ਲਾਈ ਆ ਤੇ ਇਸ ਕਰਕੇ ਅਸੀਂ ਜਦੋਂ ਵੀ ਦਰਸ਼ਨ ਪਰਸਣ ਕਰਨ ਜਾਣੇ ਮਹਾਰਾਜ ਤੇ ਅਸੀਂ ਸ਼ਸਤਰ ਬਸਤਰ ਸਜਾ ਕੇ ਜਾਂਦੇ ਆ ਈ ਮੰਗ ਕਰਦੇ ਹਾਂ ਜੀ ਅਸੀਂ ਮੰਗ ਇਹ ਕਰਦੇ ਅਸੀਂ ਮੰਗ ਪਹਿਲੀ ਗੱਲ ਤਾਂ ਇਹ ਖਾਲਸਾ ਕੋਈ ਕਿਸੇ ਤੋਂ ਮੰਗ ਨਹੀਂ ਕਰਦਾ ਸੋ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਆਪ ਇਹ ਜਿਹੜੇ ਰਾਜ ਕਰਦੇ ਆ ਸਾਡੇ ਸਿੰਘ ਦੀ ਸ਼ਹੀਦੀ ਤਾਂ ਕਿਉਂਕਿ ਹੋ ਗਈ ਆ ਸੋ ਇਹਨਾਂ ਦੇ ਜਿਨ੍ਹਾਂ ਦੇ ਜਿਨ੍ਹਾਂ ਦਾ ਵੀ ਇਹਦੇ ਤੇ ਹੱਥ ਆ ਸੋ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਆ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੋਈ ਰਾਜ ਉੱਥੇ ਹੀ ਮ੍ਰਿਤਿਕ ਪ੍ਰਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੁਰਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਨੇ ਕਿ ਕੋਈ ਵੀ ਹੁੱਲੜਵਾਜ਼ ਹਥਿਆਰਾ ਸਮੇਤ ਧਾਰਮਿਕ ਜੋੜ ਮੇਲਿਆਂ ਤੇ ਨਾ ਜਾ ਸਕੇ ਅਤੇ ਧਾਰਮਿਕ ਮਾਹੌਲ ਨੂੰ ਵਿਗਾੜ ਨਾ ਸਕੇ ਉਹਨਾਂ ਇਸ ਗੱਲ ਤੇ ਵੀ ਰੋਸ ਜ਼ਾਹਰ ਕੀਤਾ ਕਿ ਅਜੇ ਤੱਕ ਪ੍ਰਦੀਪ ਸਿੰਘ ਦਾ ਕੋਈ ਵੀ ਹਥਿਆਰਾ ਪੁਲਿਸ ਦੇ ਹੱਥ ਨਹੀਂ ਲੱਗਿਆ ਤੇ 29 ਸਤੰਬਰ ਨੂੰ ਇੱਥੇ ਆਏ ਸੀ ਔਰ ਆਨੰਦਪੁਰ ਸਾਹਿਬ ਇਹ 5 ਮਾਰਚ ਨੂੰ ਪਹੁੰਚਦੇ ਨੇ ਔਰ 6 ਤਰੀਕ ਨੂੰ ਜਿਹੜਾ ਇਹ ਪਾਣਾਵਰ ਇਹ ਜਿਹੜਾ ਦੁਕਾਨਦਾਰ ਵਾਪਰੇ ਆਇਆ ਹੈਗਾ ਵਾ ਉਸ ਤੋਂ ਬਾਅਦ ਤੁਹਾਨੂੰ ਕਦੋਂ ਪਤਾ ਲੱਗਦਾ ਹੈਗਾ ਵੀ ਇਹ ਪੜੋ ਰਿਹਾ ਹੈਗਾ ਮੈਨੂੰ ਰਾਤ ਪੌਣੇ 11 ਵਜੇ ਕਾਲ ਆਈ ਸੀ ਕਿ ਤੁਹਾਡੇ بیٹے ਦਾ ਕਿਸੇ ਨਾਲ ਝਗੜਾ ਹੋ ਗਿਆ ਔਰ ਉਹਦੇ ਸੱਟਾਂ ਲੱਗੀਆਂ ਮੈਂ ਉਸੇ ਟਾਈਮ ਹੀ ਮੈਂ ਔਰ ਮੇਰੀ ਮਿਸਰੀ ਦੋਨੋਂ ਅਨੰਦਪੁਰ ਸਾਹਿਬ ਵਾਸਤੇ ਨਿਕਲ ਗਏ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਈ ਸਾਹਿਬ ਦੇ ਸ਼ਸਤਰਾਂ ਨਾਲ ਹੀ ਇਹ ਉਹ ਸ਼ਸਤਰ ਕੋਕੇ ਜਿਹੜੇ ਵਾਰ ਕੀਤਾ ਗਿਆ ਦੂਜੇ ਹੁਲਰਬਾਜ਼ਾਂ ਵੱਲੋਂ ਲੇਕਿਨ ਥੋੜੀ ਹੁਣ ਵੀਡੀਓ ਸਾਹਮਣੇ ਆ ਰਹੀ ਆ ਉਹ ਸਾਫ਼ ਤੌਰ ਤੇ ਲਿਖਿਆ ਜਾ ਸਕਦਾ ਕਿ ਭਾਈ ਸਾਹਿਬ ਦੇ ਸ਼ਸਤਰ ਭਾਈ ਸਾਹਿਬ ਕੋ ਹੀ ਸੀਗੇ ਤੇ ਜਿਹੜੇ ਹੁਲਰਬਾਜ਼ ਉਹਨਾਂ ਕੋ ਸ਼ਸਤਰ ਹੈਗੇ ਸੀਗੇ ਬਿਲਕੁਲ ਜੀ ਉਹ ਵੀਡੀਓ ਆਉਣ ਤੇ ਸਾਰਾ ਕਲੀਅਰ ਹੋ ਗਿਆ ਕਿ ਇਹ ਆਪਣੇ ਆਪ ਨੂੰ ਬਚਾਣਾ ਚਾਹੁੰਦੇ ਨੇ ਔਰ ਝੂਠ ਬੋਲ ਕੇ ਝੂਠ ਦਾ ਸਹਾਰਾ ਲੈ ਕੇ ਇਸ ਕੇਸ ਨੂੰ ਉਰਦਖੁਰਦ ਕਰਨਾ ਚਾਹੁੰਦੇ ਨੇ ਲੇਕਿਨ ਉਹ ਵੀਡੀਓ ਆਉਣ ਤੇ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਦਾ ਕਿ ਉਹ ਗੁਰੂ ਘਰ ਦਰਸ਼ਨ ਕਰਨੀ ਸੀ ਆਏ ਉਹ ਉਹ ਲਈ ਗੁੰਡਾਗਰਦੀ ਵਾਸਤੇ ਆਪਣੇ ਟਰੈਕਟਰਾਂ ਦੇ ਵਿੱਚ ਤਲਵਾਰਾਂ ਦਾ ਬੇਸਬਾਲ ਟਰੱਕੇ ਉੱਥੇ ਪਹੁੰਚੇ ਸੀ ਜੋ ਕਿ ਗੁਰੂ ਘਰ ਦੇ ਵਿੱਚ ਬਿਲਕੁਲ ਵੀ ਕੋਈ ਮੈਨਾ ਨਹੀਂ ਰੱਖਦੇ ਕਿ ਅਸੀਂ ਲੈ ਕੇ ਜਾਈਏ ਅਗਰ ਗੁਰੂ ਘਰ ਦਰਸ਼ਨ ਕਰਨ ਜਾ ਰਹੇ ਹਾਂ ਤਾਂ ਇਹਦਾ ਮਤਲਬ ਕਿ ਉਹ ਗੁੰਡੇ ਆਦਮੀ ਨੇ ਮੈਂ ਉਹਨਾਂ ਨੂੰ ਮੰਦਿਰ ਦੇ ਨਾਲ-ਨਾਲ ਗੁੰਡਾ ਵੀ ਦੱਸਾਂਗਾ ਜੋ ਗੁੰਡਾ ਰਾਜ ਆਪਣਾ ਉੱਥੇ ਕਾਇਮ ਕਰਨਾ ਚਾਹੁੰਦੇ ਨੇ ਕਿ ਅਸੀਂ ਜਾਈਏ ਔਰ ਸਾਡੇ ਅੱਗੇ ਕੋਈ ਵੀ ਬੋਲੇ ਤਾਂ ਉਹਨੂੰ ਅਸੀਂ ਕੁਝ ਵੀ ਕਰ ਸਕਦੇ ਹਾਂ ਇਸ ਲਈ ਉਹ ਆਪਣੇ ਟਰੈਕਟਰਾਂ ਦੇ ਉੱਪਰ ਜੋ ਦਿਲ ਕਰਦਾ ਉਹ ਸਾਊਂਡ ਵਜਾਉਂਦੇ ਨੇ ਜੋ ਉਹਨਾਂ ਦਾ ਸਟੰਡ ਕਰਨ ਨੂੰ ਦਿਲ ਕਰਦਾ ਉਹ ਕਰਦੇ ਨੇ ਕਿ ਉਹ ਹਰ ਇੱਕ ਬੰਦੇ ਨੂੰ ਡਰਾ ਕੇ ਰੱਖਣਾ ਚਾਹੁੰਦੇ ਗੁਰਦਾਸਪੁਰ ਤੋਂ ਭਪਾਲ ਸਿੰਘ ਦੀ ਰਿਪੋਰਟ ਹਮਦਰਦ ਟੀਵੀ